ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਦਿਲ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਵੀਰ ਜੀ, ਅੱਜ ਆਪਾਂ ਇੱਕ ਪਰਿੰਦੇ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ। ਬਹੁਤ ਪਿਆਰਾ ਜਾਨਵਰ ਆ ਅਤੇ ਬਹੁਤ ਹੀ ਸੀਲ ਜਾਨਵਰ ਆ। ਬਾਕੀ ਤੁਹਾਡੀ ਰਾਏ ਹੋਊਗੀ ਜਿਹੜੀ, ਉਹ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਜੋ ਅਸੀਂ ਹੋਰ ਵੀ ਵਧੀਆ ਤੋਂ ਵਧੀਆ, ਜਾਂ ਕੋਈ ਕਮੀ ਦਿੰਦੀ ਆ ਤਾਂ ਉਸ ਲੈਵਲ ਦੀ ਵੀਡੀਓ ਅਸੀਂ ਤੁਹਾਡੇ ਲਈ ਬਣਾ ਕੇ ਦੇ ਸਕੀਏ। ਅਤੇ ਬਾਕੀ ਜਾਨਵਰ ਦਾ ਸ਼ੌਂਕ ਕਰੋ ਵੀ ਕਿਵੇਂ ਦਾ ਲੱਗਾ ਤੁਹਾਨੂੰ ਜਾਨਵਰ, ਪੀਲਿਆਂ ਦੇ ਵਿੱਚੋਂ ਕਰਾਸ ਆ ਜਾਨਵਰ, ਪੀਲਿਆਂ ਦੇ ਵਿੱਚੋਂ ਕਰਾਸ ਆ, ਜਿਹੜੇ ਉਸਤਾਦ ਮਿਸਤਰੀ ਵਾਲੇ ਜਾਨਵਰ ਆ ਉਹਨਾਂ ਦੇ ਵਿੱਚੋਂ ਬਣਿਆ ਹੋਇਆ ਪਰਿੰਦਾ ਇਹ, ਅਤੇ ਲਾਖਾ ਜਾਨਵਰ ਬਣਿਆ ਹੈ। ਬਾਕੀ ਤੁਹਾਡੀ ਵੀ ਖੁਦ ਜਿਵੇਂ ਵੀ ਦੇਖਣ ਦੀ ਕਹਿ ਸਕਦੇ ਹਾਂ ਵੀ ਜਿਵੇਂ ਤੁਸੀਂ ਦੇਖਦੇ ਹੋ ਆਪਦੀ ਨਿਗਾਹ ਨਾਲ, ਉਹ ਚੀਜ਼ਾਂ ਤੁਸੀਂ ਵੀ ਗੌਰ ਨਾਲ ਵੇਖੋ। ਜਿਵੇਂ ਨੋਕਾ ਹੋ ਗਿਆ, ਪੂਰਾ ਝਰੀਦਾਰ ਨੋਕਾ ਇਹਦਾ, ਅਤੇ ਅੱਖ ਬਿਲਕੁਲ ਚਿੱਟੀ ਕਹਿ ਸਕਦੇ ਹਾਂ ਆਪਾਂ, ਅਤੇ ਲਾਲ ਸੁਰਖ ਡੋਰੇ ਆ, ਅਤੇ ਤਾਜ ਬੜਾ ਵੱਖਰਾ ਜਿਹਾ ਤਾਜ ਆ, ਜਿਵੇਂ ਕਹਿ ਦਿੰਦੇ ਆਪਾਂ ਬੇਗਮਾਂ ਦੇ ਵਿੱਚੋਂ ਆ ਜਾਂਦਾ ਵੀ ਖੜੀ ਤਖਤੀ ਵਾਲਾ ਤਾਜ ਆ ਇਹ। ਅਤੇ ਬਾਕੀ ਵੀਰੇ, ਪਰਿੰਦਾ ਜਾਨ 'ਚ ਫੁੱਲ ਆ, ਇਸ ਟਾਈਮ ਫੁੱਲ ਜਾਨ 'ਚ ਆ, ਵੀ ਖੁੱਲ੍ਹਾ ਰਹਿੰਦਾ ਹੈ। ਖੁੱਲ੍ਹਾ ਰਹਿਣ ਦੇ ਕਾਰਨ ਇੱਕ ਤਾਂ ਪਰ ਬਹੁਤ ਸੋਹਣੇ ਕੱਢੇ ਨੇ, ਕਰੀਜ਼ ਬੜੀ ਵਧੀਆ ਮੁਕੰਮਲ ਕੰਪਲੀਟ ਕਰ ਚੁੱਕਿਆ ਹੈ। ਅਤੇ ਹੁਣ ਤੁਸੀਂ ਇਹਦਾ ਜਿਹੜਾ ਸ਼ੌਂਕ ਆ ਉਹ ਗੌਰ ਨਾ ਕਰ ਲਓ, ਜਮ੍ਹਾਂ ਕੋਲੋਂ ਚਿਹਰਾ ਦਿਖਾ ਦਿੰਦੇ ਹਾਂ ਤੁਹਾਨੂੰ ਆਪਾਂ, ਇਹਦਾ ਚਿਹਰਾ ਦੇਖੋ, ਸਾਫ਼ ਸੁਫ ਕਰਨ ਵਾਲਾ, ਪਰ ਤੁਸੀਂ ਇੱਕ ਵਾਰੀ ਸ਼ੌਂਕ ਕਰੋ। ਠੀਕ ਹੈ ਵੀਰ ਜੀ, ਛੋਟੇ ਨੋਕੇ ਦਾ ਇਹ ਜਾਨਵਰ, ਇਹ ਤੁਸੀਂ ਇਹਦੇ ਡੰਡੇ ਜ਼ਰੂਰ ਚੈੱਕ ਕਰਿਓ, ਹਲਕੀ ਜਿਹੀ ਚੌਰ ਸਲਾਤਾ, ਕੰਡਾ ਵੀ ਚੌਰ ਸਾ ਵੀਰੇ, ਗੋਲ ਕੰਡਾ ਨਹੀਂ ਹੈਗਾ ਨਾ 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 ਬਸ 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 ਥੋੜ੍ਹਾ ਜਿਹਾ ਹਿਲਦਾ ਥੁੱਤ ਘੱਟ ਲੱਗਣ ਕਾਰਨ। ਪੱਲੇ ਦਾ ਸ਼ੌਂਕ ਕਰੋ, ਪੂਰਾ ਖੁੱਲ੍ਹਾ ਘੇਰੇ ਦਾ ਪੱਲਾ ਹੈ, ਅਤੇ ਐਂ ਲੰਮੇ ਪੱਲੇ ਦਾ ਜਾਨਵਰ ਆ, ਜੋੜ ਤੋਂ ਥੋੜ੍ਹਾ ਅੱਗੇ ਜਾਂਦਾ ਪੱਲਾ, ਐਂ ਲੰਮੇ ਪੱਲੇ ਦਾ ਜਾਨਵਰ ਆ। ਦੂਸਰੀ ਸਾਈਡ ਦਾ ਪੱਲਾ ਵੀ ਤੁਸੀਂ ਵੇਖ ਸਕਦੇ ਹੋ, ਅਤੇ ਜੋੜ ਬਾਈ ਐਨ ਬਿਲਕੁਲ ਬੰਦ ਆ, ਉੱਤੇ ਵਾਲਾ ਵੀ ਅਤੇ ਥੱਲੇ ਵਾਲਾ ਵੀ, ਐਨ ਪੱਕੀ ਹੱਡੀ ਦਾ ਜਿਹੜਾ ਜੋੜ ਆ ਉਹ ਦੋਨੋਂ ਹੀ ਜੋੜ ਬੜੇ ਵਧੀਆ ਨੇ। ਹਲਕੇ ਜਿਹੜੇ ਇਹਦੇ ਫਰ ਆ ਉਹ ਧੋਣ ਵਾਲਾ ਜਾਲ ਆ ਜਿਹੜਾ ਉਹ ਕੱਚਾ ਹੈ। ਕਿਵੇਂ ਲੱਗਾ ਟੋਟਲ ਜਾਨਵਰ, ਗਿਫਟ ਤੋਂ ਉੱਪਰ ਦੀ ਵੇਲ ਹੈ ਇਹਦੀ, ਜਿਹੜੀ ਵੇਲ ਕਹਿ ਦਿੰਦੇ ਆਪਾਂ ਧੋਣ ਦੇ ਜੋੜ ਤੋਂ ਲੈ ਕੇ ਅਤੇ ਇਸ ਜੋੜ ਤੱਕ ਹੁੰਦੀ ਆ, ਗਿਫਟ ਤੋਂ ਉੱਪਰ ਆ ਦੋਵਾਂ ਪਾਸਿਓਂ, ਦੋ ਉਂਗਲਾਂ ਉੱਪਰ ਹੀ ਜਾ ਰਹੀ ਹੈ। ਅਤੇ 1.5 ਕੁ ਸਾਲ ਦਾ ਜਾਨਵਰ ਆ, ਸਿਰਫ ਕੰਡੇ ਪਹਿਲਾਂ ਕੱਢ ਗਿਆ ਇਹ ਉਮਰ ਤੋਂ, ਅਤੇ ਇੱਕ ਦਫ਼ਾ ਵਿਨ ਆ ਵੀਰੇ ਇਹ ਜਾਨਵਰ ਆ ਜਿਹੜਾ ਉਹ ਇੱਕ ਵਾਰ ਚੈਂਪੀਅਨ ਆ। ਅਤੇ ਬਾਕੀ ਤੁਸੀਂ ਵੀ ਵੇਖਣ ਵਾਲੇ ਬੰਦੇ ਵੇਖ ਸਕਦੇ ਹੋ ਵੀ ਜਾਨਵਰ ਜੇ ਹਿਸਾਬ ਦਾ ਹੈਗਾ ਇਹ, ਵੀ ਇੱਕ ਦਫ਼ਾ ਵਿਨ ਹੋਊ ਜਾਂ ਨਹੀਂ ਹੋਊ। ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਤਾਂ ਜੋ ਹੋਰ ਵੀ ਵੀਡੀਓ ਤੁਹਾਨੂੰ ਮੌਕੇ 'ਤੇ ਸਮੇਂ ਸਿਰ ਮਿਲ ਸਕੇ। ਅਤੇ ਆਪਾਂ ਬਾਈ ਜੀ ਕਰਦੇ ਹਾਂ ਵੀਡੀਓ ਦਾ ਐਂਡ, ਜ਼ਰੂਰ ਦੱਸਣਾ ਕਿਵੇਂ ਲੱਗਾ ਜਾਨਵਰ। ਸਤਿ ਸ਼੍ਰੀ ਅਕਾਲ ਬਾਈ ਜੀ।